ਹਾਂਜੀ, ਮੈਂ ਚੰਨੀ ਚੌਹਾਨ, ਡਿਸਟ੍ਰਿਕਟ ਸੰਗਰੂਰ ਤੋਂ। ਮੈਂ ਪੰਛੀਆਂ ਦੇ ਲਈ ਲੱਕੜ ਦੇ ਆਲ੍ਹਣੇ ਬਣਾ ਕੇ ਪੂਰੇ ਪੰਜਾਬ ਦੇ ਵਿੱਚ ਲਾਏ ਸੀ, ਜੋ ਕਿ ਪੰਛੀਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਦੁਬਾਰਾ ਦਿਖਾਉਣ ਵਾਸਤੇ ਮੈਂ ਕੀਤਾ ਸੀ। ਅਤੇ ਜਿਸ ਨੂੰ ਦੇਖ ਕੇ ਮੈਨੂੰ ਦੇਸ਼ਾਂ ਵਿਦੇਸ਼ਾਂ 'ਚ ਵੀ ਮੇਰੇ ਇਹ ਆਲ੍ਹਣੇ ਦੀ ਮੰਗ ਹੋਣ ਲੱਗੀ, ਅਤੇ ਹੁਣ ਮੈਨੂੰ ਉਸ ਕਰਕੇ ਹੀ ਸਟੇਟ ਅਵਾਰਡ ਮਿਲਿਆ ਹੈ, ਅਤੇ ਜਿਸ ਕਰਕੇ ਮੈਨੂੰ ਕਈ ਥਾਵਾਂ ਤੋਂ, ਸੰਸਥਾਵਾਂ ਤੋਂ ਵਧਾਈਆਂ ਮਿਲ ਰਹੀਆਂ ਹਨ। ਅਤੇ ਜਿਹਨੇ ਸਪੈਸ਼ਲੀ ਵਿਸ਼ ਕੀਤਾ ਅਤੇ ਮੈਨੂੰ ਚੰਗਾ ਲੱਗਿਆ, ਅਤੇ ਮੈਨੂੰ ਵੀ ਇਹਨਾਂ ਦੇ ਮਾਣ, ਇਹਨਾਂ ਨੇ ਇੰਨੀ ਛੋਟੀ ਉਮਰੇ ਬਾਲੀਵੁੱਡ ਬੋਲੀਵੁੱਡ ਵਿੱਚ ਨਾਮ ਕਮਾਇਆ ਹੈ। ਹੈਲੋ, ਮੈਂ ਇੱਕ ਆਪਣੇ ਇਲਾਕੇ ਦੇ ਚੰਨੀ ਚੌਹਾਨ ਬਾਰੇ ਦੱਸਣਾ ਚਾਹੁੰਦੀ ਹਾਂ, ਜਿਹੜੇ ਪੰਛੀਆਂ ਦੇ ਲੱਕੜਾਂ ਦੇ ਆਲ੍ਹਣੇ ਬਣਾਉਂਦੇ ਨੇ ਅਤੇ ਪੰਛੀਆਂ ਨੂੰ ਬਚਾਉਂਦੇ ਨੇ, ਜਿਵੇਂ ਹੁਣ ਦਰਖਤ ਕੱਟੇ ਜਾ ਰਹੇ ਨੇ ਤਾਂ ਉਹਨਾਂ ਕਰਕੇ ਪੰਛੀ ਮਰ ਰਹੇ ਆ, ਅਤੇ ਉਹ ਜਿਹੜੇ ਬਰਡਸ ਲਈ ਘਰ ਪ੍ਰੋਵਾਈਡ ਕਰਦੇ ਨੇ ਤਾਂ ਉਹ ਬਹੁਤ ਵਧੀਆ ਆ, ਅਤੇ ਉਹਨਾਂ ਲਈ ਉਹਨਾਂ ਨੂੰ ਸਟੇਟ ਅਵਾਰਡ ਵੀ ਮਿਲਿਆ ਆ, ਅਤੇ ਮੈਂ ਇਹਨਾਂ ਨੂੰ ਵਧਾਈ ਦਿੰਦੀ ਹਾਂ ਕਿ ਐਵੇਂ ਜਾਂ ਹੋਰ ਕੰਮ ਕਰੀ ਜਾਓ ਅਤੇ ਸਾਰੇ ਇਹਨਾਂ ਦੀ ਇਹ ਕੰਮ ਵਿੱਚ ਮਦਦ ਵੀ ਕਰਨ। ਮੇਰਾ ਨਾਮ ਜਸਨੀਤ ਕੌਰ ਹੈ, ਮੈਂ 13 ਏਜ ਦੀ ਹਾਂ। ਸਭ ਤੋਂ ਪਹਿਲਾਂ ਮੈਂ ਦੰਗਲ ਮੂਵੀ 'ਚ ਕੰਮ ਕੀਤਾ ਸੀ ਐਜ਼ ਅ ਥਰਡ ਡਾਟਰ ਆਫ ਆਮਿਰ ਸਰ। ਫਿਰ ਉਸ ਤੋਂ ਬਾਅਦ ਮੈਂ ਰੱਬ ਦਾ ਰੇਡੀਓ ਵਿੱਚ ਵੀ ਆਈ ਸੀ, ਉਹ 'ਚ ਮੇਰਾ ਸਿੰਮੀ ਚਾਹਲ ਦੀਦੀ ਦੇ ਛੋਟੇ ਹੁੰਦੇ ਦਾ ਕਿਰਦਾਰ ਸੀ, ਅਤੇ ਤਰਸੇਮ ਵੀਰੇ ਨਾਲ ਵੀ ਕੰਮ ਕਰਕੇ ਬਹੁਤ ਵਧੀਆ ਲੱਗਿਆ। ਅਤੇ ਮੈਂ ਫੁੱਲਾਂ ਵਾਲੀ ਗੱਡੀ ਅਨਮੋਲ ਗਗਨਮਾਨ ਦੀਦੀ ਦੇ ਸੌਂਗ ਵਿੱਚ ਵੀ ਆਈ ਹਾਂ, ਉਹ 'ਚ ਮੈਂ ਉਹਨਾਂ ਦੀ ਛੋਟੀ ਸਿਸਟਰ ਦਾ ਰੋਲ ਕੀਤਾ ਸੀ। ਅਤੇ ਉਸ ਤੋਂ ਬਾਅਦ ਮੈਨੂੰ ਵੱਖਰਾ ਜਿਹਾ ਇੱਕ ਕਿਰਦਾਰ ਮਿਲਿਆ ਸੀ, ਉਹ 'ਚ ਮੈਂ ਗੱਤਕਾ ਕੀਤਾ ਸੀ ਰੁਪਿੰਦਰ ਹਾਂਡਾ ਦੀਦੀ ਦੇ ਗਾਣੇ 'ਚ, ਅੜਪ ਪੰਜਾਬਣ। ਅਤੇ ਹੁਣ ਇੱਕ ਮੈਂ ਕਨੀਆ ਵੀਡੀਓ ਕੀਤੀ ਸੀ, ਭੰਗੜਾ ਵੀਡੀਓ, ਉਹਦੇ ਹੁਣ 1 ਲੱਖ ਵਿਊਜ਼ ਹੋ ਗਏ ਆ, ਦੀਦੀ ਨੇ ਆਪਣੇ ਕੌਰਵੀ ਦੀਦੀ ਨੇ ਆਪਣੇ ਆਈਡੀ 'ਚ ਪਾਈ ਸੀ। ਅਤੇ ਹੁਣ ਅਸੀਂ ਸ਼ਾਰਟ ਫਿਲਮ ਕਰ ਰਹੇ ਹਾਂ ਅਤੇ ਮੇਰਾ ਕਵਰ ਸੌਂਗ ਦੀ ਪ੍ਰੈਕਟਿਸ ਵੀ ਮੈਂ ਕਰ ਰਹੀ ਹਾਂ, ਤਾਂ ਉਹ ਜਲਦ ਆਊਗਾ।